ਫਾਜ਼ਿਲਕਾ ਵਿੱਚ ਪੈਦਾ ਹੋਣ ਵਾਲੀ ਝੋਨੇ ਦੀ ਬੰਪਰ ਫਸਲ ਦੇ ਬਾਅਦ ਬਚਣ ਵਾਲੀ ਪਰਾਲੀ ਨੂੰ ਖੇਤਾਂ ਚੋਂ ਕੱਢਣ ਲਈ ਜਿੱਥੇ ਕਿਸਾਨਾਂ ਨੂੰ ਭਾਰੀ ਮੁਸ਼ਕਤ ਕਰਨੀ ਪੈਂਦੀ ਹੈ, ਉੱਥੇ ਪਰਾਲੀ ਨੂੰ ਅੱਗ ਲਗਾ ਕੇ ਕਿਸਾਨ ਕਾਨੂੰਨ ਅਪਰਾਧ ਵੀ ਕਰਦੇ ਹਨ। ਪਰ ਹੁਣ ਕਿਸਾਨਾਂ ਦੀ ਪਰਾਲੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਫਾਜ਼ਿਲਕਾ ਦੇ ਇੰਜੀਨੀਅਰ ਸੰਜੀਵ ਨਾਗਪਾਲ ਨੇ ਪਰਾਲੀ ਤੋਂ ਕੁਦਰਤੀ ਖਾਦ ਤਿਆਰ ਕੀਤੀ ਹੈ, ਜਿਸ ਦਾ ਜ਼ਿਲ੍ਹੇ ਦੇ ਲਗਭਗ 1 ਲੱਖ ਏਕੜ ਕਿੰਨੂ ਅਤੇ ਹੋਰ ਬਾਗਾਂ ਵਿੱਚ ਇਸਤੇਮਾਲ ਕਰ ਫਸਲ ਵਧਾਉਣ ਦਾ ਸਫਲ ਤਜਰਬਾ ਵੀ ਕੀਤਾ ਜਾ ਚੁੱਕਿਆ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਸੰਪੂਰਨ ਐਗਰੀਵੈਂਚਰ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਨੂੰ ਪਰਾਲੀ ਨਾਲੋਂ ਆਜ਼ਾਦ ਜ਼ਿਲ੍ਹਾ ਬਣਾਉਣ ਲਈ ਸੰਯੁਕਤ ਰੂਪ ਨਾਲ ਸ਼ੁਰੂ ਕੀਤੇ ਗਏ ਅਭਿਆਨ ਦੇ ਤਹਿਤ ਅੱਜ ਪਿੰਡ ਪੰਗੜ ਖੇੜਾ ਵਿੱਚ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਲ ਬਣੀ ਖਾਦ ਦੇ ਯੂਨਿਟ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਇਸਦੇ ਫਾਇਦੇ ਦੱਸੇ। ਉਹਨਾਂ ਨੇ ਦੱਸਿਆ ਕਿ ਇਹ ਯੂਨਿਟ ਲਗਾਉਣ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਦੇ ਤਹਿਤ ਸਰਕਾਰ ਵੱਲੋਂ ਕਰਜ਼ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪਰਾਲੀ ਦੀ ਖਾਦ ਬਣਾਉਣ ਵਾਲੇ ਇੰਜੀਨੀਅਰ ਅਤੇ ਕਿਸਾਨ ਸੰਜੀਵ ਨਾਗਪਾਲ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ 5 ਲੱਖ ਟਨ ਝੋਨੇ ਦੀ ਪਰਾਲੀ ਹੁੰਦੀ ਹੈ, ਜਿਸ ਨੂੰ ਕਿਸਾਨ ਸਾੜ ਦਿੰਦੇ ਹਨ, ਜਿਸ ਕਾਰਨ ਪ੍ਰਦੂਸ਼ਣ ਤਾਂ ਫੈਲਦਾ ਹੀ ਹੈ, ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਕਾਫੀ ਨੁਕਸਾਨ ਪਹੁੰਚਦਾ ਹੈ। ਇਸ ਦੀ ਰੋਕਥਾਮ ਅਤੇ ਪਰਾਲੀ ਤੋਂ ਫਾਇਦਾ ਲੈਣ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਮਿਲ ਕੇ ਸੰਯੁਕਤ ਰੂਪ ਨਾਲ ਉਪਰਾਲਾ ਕੀਤਾ ਜਾ ਰਿਹਾ। ਇਹ ਬੜੇ ਵੱਡੇ ਕੰਜ਼ਿਊਮਰ ਫਾਜ਼ਿਲਕਾ ਡਿਸਟ੍ਰਿਕਟ 'ਚ ਤਕਰੀਬਨ 1 ਲੱਖ ਏਕੜ ਬਾਗ ਹੈ। 1 ਲੱਖ ਏਕੜ ਅਗਰ 2 ਟਨ ਪਰਾਲੀ ਨੂੰ ਲੈ ਕੇ ਆਪਦੇ ਖੇਤ ਵਿੱਚ ਹੀ ਕੰਪੋਸਟ ਤਿਆਰ ਕਰਦਾ ਤਾਂ 50% ਪਰਾਲੀ ਤੁਹਾਡੀ ਸਾਨੂੰ, ਬਾਕੀ ਦੀ 50% ਅਸੀਂ ਹੁਣ 18 ਤਰੀਕ ਨੂੰ ਇੱਕ ਵੱਡਾ ਕੈਂਪ ਲਗਾ ਰਹੇ ਹਾਂ ਫਾਜ਼ਿਲਕਾ ਦੇ ਵਿੱਚ, ਜਿੱਥੇ ਕਿ ਈਵਨ ਫਰੀਦਕੋਟ ਤੋਂ ਬਠਿੰਡਾ ਤੋਂ ਵੀ ਫਾਰਮਰਸ ਡਿਪਾਰਟਮੈਂਟ ਵਾਲੇ ਲੈ ਕੇ ਆ ਰਹੇ ਨੇ। ਮੈਂ 2 ਸਾਲਾਂ ਤੋਂ ਆਪਣੇ ਬਾਗ ਜੀ ਨੂੰ ਇਸ ਪ੍ਰੋਡਕਟ ਨੂੰ ਵਰਤਿਆ, ਕਾਫੀ ਅੱਛੇ ਰਿਜ਼ਲਟ ਮਿਲੇ ਹੈ, ਨਰਮੇ 'ਤੇ ਵੀ ਵਰਤਿਆ, ਪਾਣੀ ਦੀ ਬੱਚਤ ਹੋਈ ਹੈ, ਕਾਫੀ ਫਾਇਦੇਮੰਦ ਹੈ। ਮੇਰੀ ਸਲਾਹ ਹੈ ਜ਼ਿਮੀਂਦਾਰ ਨੂੰ ਵਰਤਣ, ਇਸ ਪਾਸੇ ਆਉਣ, ਠੀਕ ਰਹੋ। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਦੇ ਨਾਲ ਰਣਜੀਤ ਸਿੰਘ, ਬਿਊਰੋ ਰਿਪੋਰਟ, KTV।